ਸਤਿ ਸ਼੍ਰੀ ਅਕਾਲ ਜੀ, ਕੈਸੇ ਹੋ ਫਰੈਂਡ? ਹੋਪ ਯੂ ਡੂਇੰਗ ਗ੍ਰੇਟ ਮਾਈ ਫਰੈਂਡ। ਫਰੈਂਡ, ਅੱਜ ਜੋ ਬਾਰ ਬਾਰ ਮੇਰੇ ਕੋ ਦੋ ਚਾਰ ਮੇਰੇ ਫਰੈਂਡ ਵੀ ਯਹਾਂ ਪਰ ਆਏ ਥੇ ਅੱਜ, ਵੋ ਇੱਕ ਟੋਪਿਕ ਥਾ ਉਨਕਾ ਕਿ ਮੇਰਾ ਡੋਗ ਖਾਣਾ ਨਹੀਂ ਖਾਤਾ। ਜਬ ਮੈਨੇ ਡਿਟੇਲ ਮੇਂ ਪੂਛਾ ਕਿ ਕਿਆ ਰੀਜ਼ਨ ਹੈ, ਕਿਆ ਖਾਣੇ ਮੇਂ ਦੇਤੇ ਹੋ, ਇੱਕ ਤੋ ਮਾਈ ਫਰੈਂਡ, ਜਬ ਮੌਸਮ ਚੇਂਜ ਹੋਤਾ ਹੈ ਨਾ ਜੀ, ਜੋ ਮੌਸਮ ਅਭੀ ਚੱਲ ਰਹਾ ਹੈ, ਯੇ ਇੱਕ ਠੰਡੀ ਠੰਡਾ ਮੌਸਮ ਹੈ, ਰਾਈਟ? ਜਬ ਗਰਮੀਆਂ ਹੋਤੀ ਹੈ, ਜਬ ਜੂਨ ਜੁਲਾਈ ਕਾ ਮਹੀਨਾ ਹੋਤੀ ਹੈ, ਜਬ ਗਰਮੀਆਂ ਹੋਤੀ ਹੈ, ਜਬ ਜਬ ਡੋਗ ਮੂੰਹ ਖੋਲ ਕਰ ਹਾਂਪਤਾ ਹੈ, ਸਾਂਸ ਲੇਤਾ ਹੈ, ਮੂੰਹ ਖੋਲ ਕਰ ਹਾਂਪਤਾ ਰਹਿਤਾ ਹੈ, ਮੂੰਹ ਖੁੱਲਾ ਰਹਿਤਾ ਹੈ ਉਸਕਾ, ਜੋ ਵੀ ਆਪ ਸਿੰਪਲ ਭਾਸ਼ਾ ਮੇਂ ਵਰਡ ਯੂਜ਼ ਕਰ ਲੋ, ਉਸ ਸਮੇਂ ਡੋਗ ਕੇ ਬੋਡੀ ਸੇ ਕੈਲਰੀ ਬਰਨ ਹੋਤੀ ਹੈ, ਜਬ ਵੋ ਮੂੰਹ ਖੋਲ ਕਰ ਸਾਂਸ ਲੇਗਾ ਜਾਂ ਹਾਂਪੇਗਾ, ਵੋ ਜ਼ਿਆਦਾਤਰ ਗਰਮੀਓ ਮੇਂ ਹੋਤਾ ਹੈ। ਤੋ ਕੈਲਰੀ ਬਰਨ ਹੋਤੀ ਹੈ, ਤੋ ਜਿਤਨਾ ਡੋਗ ਹਮ ਡੋਗ ਕੋ ਖਾਣਾ ਦੇਤੇ ਹੈ, ਜਿਤਨੀ ਫੈਟ ਪ੍ਰੋਟੀਨ, ਅਲੱਗ ਅਲੱਗ ਫੈਟ ਪ੍ਰੋਟੀਨ ਵਾਲੀ ਫੀਡ ਹੈ, ਤੋ ਉਤਨਾ ਹਮੇਂ ਬੜੀਆ ਫਿਰ ਰਿਜ਼ਲਟ ਨਹੀਂ ਮਿਲਤਾ। ਜਾਂ ਫਿਰ ਆਪ ਇਸ ਦੂਸਰੀ ਭਾਸ਼ਾ ਦੂਸਰੇ ਤਰ੍ਹਾਂ, ਅਗਰ ਮੈਂ ਆਪਕੋ ਬਤਾਊਂ ਕਿ ਅਗਰ ਡੋਗ ਆਪਕਾ ਦੋ ਕਟੋਰੀ ਜਾਂ ਚਾਰ ਕਟੋਰੀ ਫੀਡ ਕੀ ਖਾ ਰਹਾ ਹੈ, ਆਜ ਸੇ ਕੁਛ ਦੋ ਤਿੰਨ ਚਾਰ ਮਹੀਨੇ ਪਹਿਲੇ ਕਹਿ ਲਓ, ਜਾਂ ਆਜ ਸੇ ਦੋ ਤਿੰਨ ਚਾਰ ਮਹੀਨੇ ਬਾਅਦ ਜੋ ਖਾਏਗਾ, ਅਭੀ ਕੇ ਮੌਸਮ ਮੇਂ ਡੋਗ ਉਸੇ ਆਧੀ ਫੀਡ ਖਾਏਗਾ, ਅਗਰ ਵੋ ਚਾਰ ਖਾ ਰਹਾ ਥਾ ਅਭੀ ਦੋ ਖਾਏਗਾ, ਲੇਕਿਨ ਗਰੋਥ ਕਰੇਗਾ। ਆਪ ਯੇ ਮਤ ਦੇਖੀਏ ਕਿ ਆਪਕਾ ਡੋਗ ਖਾਣਾ ਨਹੀਂ ਖਾ ਰਹਾ, ਆਪ 20, 30, 10 ਜਬ ਵੀ ਆਪਕੇ ਸਮੇਂ ਲਗੇ ਦਿਨ ਕੇ ਬਾਅਦ ਡੋਗ ਕਾ ਬੋਡੀ ਵੇਟ ਚੈੱਕ ਕਰਕੇ ਦੇਖਿਆ ਕਿ ਜੀ ਆਪਕੋ ਰਿਜ਼ਲਟ ਮਿਲੇਗਾ। ਜਬ ਡੋਗ ਮੂੰਹ ਖੋਲ ਕਰ ਖਾਣਾ ਖਾਤਾ ਹੈ, ਤੋ ਹਮੇਂ ਵੋ ਚਾਰ ਕਟੋਰੀ ਜੋ ਫੀਡ ਹੋਤੀ ਹੈ ਜਾਂ ਦੋ ਕਟੋਰੀ ਜੋ ਫੀਡ ਹੋਤੀ ਹੈ, ਜੋ ਵੀ ਹਮ ਕੁਆਂਟਿਟੀ ਜਾਂ ਕਹਿ ਲਓ ਗ੍ਰਾਮਸ ਮੇਂ ਹਮ ਮੈਸ਼ਰ ਕਰਤੇ ਹੈ, ਉਸਕਾ ਹਮੇਂ ਕਿਆ ਹੋਤਾ ਹੈ, ਉਤਨਾ ਉਸਮੇਂ ਸੇ ਬਹੁਤ ਸਾਰੀ ਫੀਡ ਤੋ ਉਸਕੀ ਜੋ ਹਾਂਪਤਾ ਹੈ, ਕੈਲਰੀ ਬਰਨ ਹੋਤੀ ਹੈ, ਉਸਮੇਂ ਵੇਸਟ ਹੋ ਜਾਤੀ ਹੈ ਕਹਿ ਲਓ, ਰਾਈਟ? ਤੋ ਅੱਜ ਕੱਲ੍ਹ ਡੋਗ ਕਮ ਖਾਏਗਾ ਲੇਕਿਨ ਗਰੋਥ ਕਰੇਗਾ, ਕਿਉਂਕਿ ਸਰਦੀਓ ਕਾ ਮੌਸਮ ਡੋਗ ਕੇ ਲੀਏ ਵਨ ਆਫ ਦਾ ਬੈਸਟ ਗਰੋਥਿੰਗ ਟਾਈਮ ਮਾਨਾ ਜਾਤਾ। ਅਭੀ ਤੋ ਆਪ ਅਗਰ ਜ਼ਿਆਦਾ ਜਿਸੋ ਫੀਡ ਸ਼ੁਰੂ ਹੋਤੀ ਹੈ, ਸਭਸੇ ਕਮ ਫੈਟ ਪ੍ਰੋਟੀਨ ਵਾਲੀ ਫੀਡ ਕਹਿ ਲਓ ਕਿ 8 ਜਾਂ 10% ਫੈਟ ਹੋਤੀ ਹੈ, ਔਰ ਸਭਸੇ ਅਧਿਕ 22% ਫੈਟ ਵਾਲੀ ਪ੍ਰੋਟੀਨ ਵੀ ਫੀਡ ਹੋਤੀ ਹੈ ਕੰਪਨੀਆਂ ਬਣਾਤੀ ਹੈ। ਤੋ ਅੱਜ ਕੱਲ੍ਹ ਮਾਨ ਲੀਜੀਏ ਸਭਸੇ ਕਮ ਫੈਟ ਪ੍ਰੋਟੀਨ ਵਾਲੀ ਫੀਡ ਵੀ ਡਾਲੋਗੇ ਤੋ ਵੀ ਆਪਕੋ ਰਿਜ਼ਲਟ ਮਿਲੇਗਾ। ਡੋਗ ਕਮ ਖਾ ਰਹਾ ਹੈ, ਉਸ ਚੀਜ਼ ਕੇ ਉੱਪਰ ਮਤ ਜਾਈਏ। ਹਾਂ, ਡੋਗ ਡਾਈਜੈਸਟ ਨਹੀਂ, ਮੰਨ ਲਓ ਡਾਈਜੈਸਟੀਬਿਲਟੀ ਮੇਂ ਕੋਈ ਦਿੱਕਤ ਹੈ, ਵੋ ਮੈਟਰ ਅਲੱਗ ਹੈ, ਲੇਕਿਨ ਡੋਗ ਕਮ ਖਾ ਰਹਾ ਹੈ ਵੋ ਬਿਲਕੁਲ, ਆਈ ਰਿਪੀਟ ਅਗੇਨ, ਕਿਉਂਕਿ ਮੈਨੇ ਖੁਦ ਕਹਾ ਵੋ ਡੋਗ ਕਮ ਖਾ ਰਹਾ, ਉਹਨੇ ਮੇਰੇ ਕੋ ਕਹਾ 3 ਦਿਨ ਹੋ ਗਏ ਹੈ ਡੋਗ ਕਮ ਖਾਣਾ ਖਾ ਰਹਾ ਹੈ, 5 ਦਿਨ ਹੋ ਗਏ, ਕਿ ਉਹਨੇ ਕਹਾ 1 ਮਹੀਨਾ। ਤੋ ਜਬ ਮੈਨੇ ਕਹਾ ਕਿ ਆਪ ਲੈ ਕਰ ਆਈਏ ਡੋਗ, ਮੈਂ ਬੋਡੀ ਵੇਟ ਚੈੱਕ ਕਰਤਾ ਹੂੰ, ਆਪ ਜਾਣਤੇ ਮੇਰੀ ਸ਼ੌਪ ਪਰ ਵੇ ਸਕੇਲ ਹੋਤਾ ਹੈ, ਤੋ ਜਬ ਬੋਡੀ ਵੇਟ ਚੈੱਕ ਕੀਆ ਤੋ ਵੋ ਬੜਾ ਹੁਆ ਥਾ, ਇੱਕ ਬ੍ਰੀਡ ਕੇ ਹਿਸਾਬ ਸੇ, ਹਰ ਇੱਕ ਬ੍ਰੀਡ ਕਾ ਇੱਕ ਕਹਿ ਲਓ ਕਿ ਗ੍ਰਾਮਰਸ ਕੇ ਹਿਸਾਬ ਸੇ, ਜਿਤਨਾ ਉਸਕਾ 10-20-50 ਦਿਨ ਮੇਂ ਬੜਨਾ ਚਾਹੀਏ, ਉਤਨਾ ਠੀਕ ਜਾ ਰਹਾ ਥਾ ਬੋਡੀ ਵੇਟ। ਤੋ ਮਾਈ ਫਰੈਂਡ, ਅਗਰ ਆਪਕਾ ਡੋਗ ਕੇ ਵੀ ਸਾਥ ਐਸਾ ਹੋ ਰਹਾ ਹੈ, ਤੋ ਕੋਈ ਵੀ ਟੈਨਸ਼ਨ ਨਹੀਂ ਹੈ, ਨਿਸ਼ਚਿੰਤ ਰਹੀਏ। ਹਾਂ, ਅਗਰ ਬੋਡੀ ਵੇਟ ਨਹੀਂ ਬੜ ਰਹਾ ਤੋ ਜ਼ਰੂਰ ਫਿਰ ਟੈਨਸ਼ਨ ਵਾਲੀ ਬਾਤ ਹੈ, ਫਿਰ ਆਪ ਫੀਡ ਥੋੜ੍ਹਾ ਸਾ ਬੜਾ ਸਕਦੇ ਹੋ, ਚੇਂਜ ਕਰ ਸਕਦੇ ਹੋ। ਲੀਵਰ ਟੋਨਿਕ ਕੀ ਹੈਲਪ ਵੀ ਆਪ ਲੈ ਸਕਦੇ ਹੋ, ਲੀਵਰ ਟੋਨਿਕ ਜੋ ਹੋਤਾ ਹੈ ਨਾ ਡੋਗ ਕੀ ਭੂਖ ਲੱਗਣੇ ਵਾਲੀ ਦਵਾਈ, ਡੋਗ ਕੀ ਇਨਸਾਨੋਂ ਕੀ ਨਹੀਂ, ਡੋਗ ਕੀ ਹੀ ਲੀਵਰ ਟੋਨਿਕ ਟਰਾਈ ਕੀਜੀਏ, ਉਸਕਾ ਸਹੀ ਮੈਥਡ ਹੋਤਾ ਹੈ ਖਾਣਾ ਦੇਣੇ ਸੇ 10-15 ਮਿੰਟ ਪਹਿਲੇ ਦੇਣਾ। ਦੂਸਰਾ, ਕੋਈ ਉਸਕਾ ਜੋ ਫੇਵਰੇਟ ਫਰੂਟਸ ਹੈ ਕਹਿ ਲਓ ਕਿ, ਯਾ ਟ੍ਰੀਟਸ ਹੈ ਕਹਿ ਲਓ ਕਿ, ਯਾ ਗ੍ਰੇਵੀਜ਼ ਆਤੀ ਹੈ, ਮੀਟ ਚੰਕਸ ਆਤੇ ਹੈ, ਬਿਸਕਿਟਸ ਆਤੇ ਹੈ, ਮੀਟ ਜਰਕੀ ਆਤੀ ਹੈ, ਔਰ ਵੀ ਬਹੁਤ ਸਾਰੇ ਸੌਸੇਜ ਆਤੇ ਹੈ, ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਕੇ ਟ੍ਰੀਟਸ ਹੋਤੇ ਹੈ ਡੋਗ ਕੇ, ਤੋ ਆਪ ਵੋ ਥੋੜ੍ਹਾ ਖਾਣੇ ਕੇ ਉੱਪਰ ਟੋਪਿੰਗ ਵੀ ਕਰ ਸਕਦੇ ਹੋ, ਅਗਰ ਆਪ ਲੀਵਰ ਟੋਨਿਕ ਕੀ ਤਰਫ ਨਹੀਂ ਜਾਣਾ ਚਾਹਤੇ, ਕਿਉਂਕਿ ਲੀਵਰ ਟੋਨਿਕ ਕਭੀ ਵੀ ਕਿਸੀ ਖਾਣੇ ਮੇਂ ਮਿਕਸ ਕਰਕੇ ਨਹੀਂ ਦਿਆ ਜਾਤਾ, ਵੋ ਸਿੱਧਾ ਡਾਇਰੈਕਟ ਡੋਗ ਕੋ ਬੋਡੀ ਵੇਟ ਕੇ ਹਿਸਾਬ ਸੇ ਜਾਂ ਬ੍ਰੀਡ ਕੇ ਹਿਸਾਬ ਸੇ ਉਹ ਪਿਲਾਣਾ ਪੜਤਾ ਹੈ ਪਹਿਲੇ। ਤੋ ਵੀ ਕਭੀ ਹਮਾਰੇ ਬ੍ਰੀਡਸ ਹੋਤੇ ਹੈ ਗੁੱਸਾ ਕਰਤੇ ਜਾਂ ਸ਼ੁਰੂ ਸੇ ਹਮ ਆਦਤ ਨਹੀਂ ਡਾਲਤੇ ਉਸਕੋ, ਤੋ ਵੋ ਚੀਜ਼ ਫਿਰ ਢਿੱਡਿਆ ਥੋੜ੍ਹਾ ਪ੍ਰੋਬਲਮ ਕ੍ਰੀਏਟ ਕਰਤੀ ਹੈ। ਲੇਕਿਨ ਆਪ ਜਿਤਨਾ ਹੋ ਸਕੇ ਮਾਈ ਫਰੈਂਡ, ਲੀਵਰ ਟੋਨਿਕ ਸੇ ਪਹਿਲੇ ਉਸਕਾ ਟ੍ਰੀਟ ਖਾਣੇ ਮੇਂ ਮਿਕਸ ਕਰਕਰ, ਘਰ ਮੇਂ ਅਗਰ ਆਪਕੇ ਘਰ ਮੇਂ ਨੌਨ ਵੈਜ ਲੜੋ ਤੋ ਉਬਲਾ ਹੁਆ ਅੰਡੇ ਕਾ ਸਫੇਦ ਪਾਰਟ, ਜਾਂ ਅਗਰ ਆਪਕਾ ਡੋਗ ਵਿਦ ਯੋਕ ਡਾਈਜੈਸਟ ਕਰਤਾ ਹੈ ਤੋ ਉਸਕੀ ਟੋਪਿੰਗ ਵੀ ਕਰ ਸਕਦੇ ਹੋ, ਬਟ ਆਪਕੋ ਬੋਡੀ ਵੇਟ ਕੇ ਉੱਪਰ ਹੀ ਜਾਈਏ, ਚੈੱਕ ਕੀਜੀਏ, ਇਹ ਨਾ ਦੇਖੋ ਕਿ ਡੋਗ ਕਮ ਖਾਣਾ ਖਾ ਰਹਾ ਹੈ ਔਰ ਮੇਰੇ ਕੋ ਯੇ ਕਰਨਾ ਹੈ ਵੋ ਕਰਨਾ ਹੈ, ਫੀਡ ਬਦਲਨੀ ਹੈ, ਜ਼ਬਰਦਸਤੀ ਖਿਲਾਨਾ ਹੈ, ਕਭੀ ਕਭੀ ਹਮ ਹੱਥ ਸੇ ਖਿਲਾਨਾ ਚਾਲੂ ਕਰ ਦੇਤੇ ਹੈ, ਹੈਂਡ ਫੀਡਿੰਗ, ਤੋ ਤੁਹਾਡਾ ਡੋਗ ਡਿਪੈਂਡ ਹੋ ਜਾਤਾ ਹੈ, ਵੋ ਬਹੁਤ ਬੁਰੀ ਆਦਤ ਹੈ। ਹੋਪ ਆਪਕੋ ਇਹ ਟੋਪਿਕ ਅੱਛਾ ਲਗਾ ਹੋਗਾ ਫਰੈਂਡਸ, ਐਂਡ ਟੇਕ ਕੇਅਰ, ਹੋਪ ਆਪਕੇ ਡੋਗ ਹੈਲਥੀ ਹਮੇਸ਼ਾ ਤੰਦਰੁਸਤ ਰਹੇ, ਬੋਡੀ ਵੇਟ ਬੜਤਾ ਰਹੇ, ਜਿਤਨਾ ਵੀ ਆਪਣੀ ਕੁਆਲਿਟੀ ਜਿਸ ਤਰ੍ਹਾਂ ਕਾ ਆਪ ਡੋਗ ਚਾਹਤੇ ਹੋ ਤੋ ਵੋ ਆਪਕੇ ਸਾਥ ਹਮੇਸ਼ਾ ਆਪਕੇ ਐਕਸਪੈਕਟੇਸ਼ਨ ਕੇ ਹਿਸਾਬ ਸੇ ਅੱਛੇ ਰਹੇ। ਥੈਂਕ ਯੂ ਵੈਰੀ ਮਚ। ਇਹ ਉਹੀ ਨੇ ਭੋਲਾ ਛੋਲਾ ਵਾਲੇ, ਭੋਲਾ ਛੋਲਾ ਜਿਹੜਾ ਯੂਟਿਊਬ ਚੈਨਲ ਹੈ ਜਿੱਥੇ ਤੁਸੀਂ ਬਹੁਤ ਸਾਰੇ ਡੋਗਸ ਦੇਖਦੇ ਹੋ, ਤੁਸੀਂ ਇਹਨਾਂ ਤੋਂ ਬਹੁਤ ਖੂਬਸੂਰਤ ਪਿਆਰੇ ਪਿਆਰੇ ਦਰਵੇਸ਼ ਲੈ ਸਕਦੇ ਹੋ। ਮੇਰੇ ਦਰਵੇਸ਼ ਵੀ ਜਿਹੜੇ ਹੈਗੇ ਨੇ ਮੈਕ ਐਂਡ ਮੈਗੀ, ਉਹ ਵੀ ਮੈਂ ਇਹਨਾਂ ਤੋਂ ਹੀ ਲਏ ਸੀ ਅਤੇ ਅੱਜ ਬਹੁਤ ਉਹ ਜਵਾਨ ਹੋਏ ਨੇ। ਤੁਹਾਡੀ ਬਹੁਤ ਮਿਹਰਬਾਨੀ, ਸ਼ੁਕਰੀਆ, ਰੱਬ ਤੁਹਾਨੂੰ ਹੋਰ ਖੁਸ਼ੀਆਂ ਦੇਵੇ। ਅਵਰ ਕੰਪਨੀ ਨੇਮ ਇਜ਼ ਭੋਲਾ ਛੋਲਾ ਪੈਟ ਸਰਵਿਸਿਜ਼ ਐਂਡ ਫਾਰਮ ਪ੍ਰਾਈਵੇਟ ਲਿਮਿਟਿਡ।
एंड वी हैव सर्विसेज ऑल ओवर इंडिया एंड वी हैव अवर ओन वेबसाइट एंड्रॉइड ऐप आईफोन ऐप एंड वी आर डिलीवरिंग सर्विसेज टू योर होम डेस्टिनेशन। हाय फ्रेंड्स, बहुत सारे लोगों हमारे फ्रेंड्स को ये मालूम ही नहीं है कि हम ऑल ओवर इंडिया फ्रेंचाइज अपनी दे रहे हैं। आप हमारे साथ जुड़कर एक अच्छा मुनाफा कमा सकते हो। हमारे ओन ब्रांडेड प्रोडक्ट्स, एक्सेसरी, सप्लीमेंट, सब कुछ आप घर बैठे सेल कर सकते हो। बस आपको करना क्या है, नीचे दिए हुए नंबर पर आप कॉन्टेक्ट कीजिए माई फ्रेंड। आपको जो भी इंफॉर्मेशन चाहिए अबाउट फ्रेंचाइज के रिगार्डिंग, सारी इंफॉर्मेशन आपको इस नंबर पर मिल जाएगी माई फ्रेंड। और फॉर अनदर, आप जानते हो हमारा वीडियो डॉग के हर एक टॉपिक के ऊपर, भगवान ना करे अगर आपके डॉग को कोई भी प्रॉब्लम है तो हमारा ऐप डाउनलोड कीजिए, वहां पर FAQ सेक्शन भी है माई फ्रेंड। तो प्लीज हमारा चैनल भी सब्सक्राइब कीजिए और हमारा वीडियोस ज्यादा से ज्यादा शेयर कीजिए माई फ्रेंड।